ਨੂੰ ਮਤਲਬ ਪਿਛਲੇ ਸਾਲ ਮੈਂ ਥੋੜੀ ਜਗ੍ਹਾ ਵਿੱਚ ਲਗਾਇਆ ਸੀ ਮੈਨੂੰ ਵਧੀਆ ਮੁਨਾਫਾ ਮਿਲਿਆ ਐਡ ਕੀ ਫਿਰ ਮੈਨੂੰ 7 7.5 ਏਕੜ ਦੇ ਵਿੱਚ ਇੱਥੇ ਆਪਣਾ ਲਗਾਇਆ ਜੇ ਤੁਸੀਂ ਮਤਲਬ ਮਿਹਨਤ ਕਰਦੇ ਤਾਂ ਆਪਣਾ ਇਹ ਤੁਸੀਂ 3 ਜਾਂ 4 ਗੁਣਾ ਵੱਧ ਤੁਸੀਂ ਕਣਕ ਤੋਂ ਮੁਨਾਫਾ ਕਮਾ ਸਕਦੇ ਜੀ ਤੇ ਬੇਸਿਕਲੀ ਅਸੀਂ ਮਤਲਬ ਥਰੂ ਏਜੰਟ ਵਲਾ ਮੰਡੀ ਥਰੂ ਇਹ ਜੰਮੂ ਕਸ਼ਮੀਰ ਤੇ ਆਪਣਾ ਹਿਮਾਚਲ ਤੇ ਕੁਝ ਪਰਸੈਂਟ ਜਿਹੜਾ ਆ ਇਹ ਅਮਰਸਰ ਦੇ ਵਿੱਚ ਰਹਿੰਦਾ ਜੀ ਇਹ ਜੀ ਵਿਦੇਸ਼ਾਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਨਹੀਂ ਵਰਤੀ ਜਾਂਦੀ ਕਿਉਂਕਿ ਅਸੀਂ ਇੱਥੇ ਨਰਸਰੀ ਨਹੀਂ ਲਗਾਉਂਦੇ ਅਸੀਂ ਸਿੱਧਾ ਮਸ਼ੀਨ ਦੇ ਥਰੂ ਜਿਹੜਾ ਇਹ ਬੀਜ ਲਗਾਇਆ ਜਾਂਦਾ ਪੰਜਾਬ ਚ ਅਕਸਰ ਲੋਕ ਵਿਦੇਸ਼ ਜਾ ਕੇ ਬਸਣਾ ਚਾਹੁੰਦੇ ਨੇ ਤੇ ਆਪਣੀ ਜ਼ਿੰਦਗੀ ਉੱਥੇ ਬਿਤਾਉਣਾ ਚਾਹੁੰਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੇ ਕਿਸਾਨ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਆਸਟ੍ਰੇਲੀਆ ਦੀ ਧਰਤੀ ਤੋਂ ਵਾਪਸ ਪੰਜਾਬ ਆਇਆ ਤੇ ਪੰਜਾਬ ਆ ਕੇ ਖੇਤੀ ਸ਼ੁਰੂ ਕੀਤੀ ਔਰ ਖੇਤੀ ਵੀ ਕਿਹਦੀ ਕੀਤੀ ਪਿਆਜ਼ ਦੀ ਖੇਤੀ ਪਿਆਜ਼ ਦੀ ਖੇਤੀ ਜੋ ਕਿ ਅਕਸਰ ਅਸੀਂ ਨਾਸਿਕ ਚ ਦੇਖੀ ਸੀ ਲੇਕਿਨ ਇੱਥੇ ਇੱਕ ਅਲੱਗ ਤਰੀਕੇ ਨਾਲ ਖੇਤੀ ਕਰਕੇ ਉਸ ਨੇ ਮਿਸਾਲ ਕਾਇਮ ਕੀਤੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਤਲਵੰਡੀ ਡੋਗਰਾ ਪਿੰਡ ਦੀਆਂ ਨੇ ਜਿੱਥੇ ਕਿ ਤੁਸੀਂ ਅਕਸਰ ਪੰਜਾਬ ਦੇ ਖੇਤਾਂ 'ਚ ਕਨ ਕਦੇ ਝੋਨਾ ਵੇਖਦੇ ਸੀ ਲੇਕਿਨ ਹੁਣ ਤੁਹਾਨੂੰ ਅਸੀਂ ਪਹਿਲੀ ਵਾਰ ਦਿਖਾ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਹੁਣ ਗੰਡਾ ਜਿਸ ਨੂੰ ਪਿਆਜ਼ ਕਿਹਾ ਜਾਂਦਾ ਹੈ ਉਹ ਲੱਗੇ ਨੇ ਤਾਂ ਤਾਂ ਅਸੀਂ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਕਿਹੜੀ ਤਕਨੀਕ ਹੈ ਕਿਵੇਂ ਉਹਨਾਂ ਦੇ ਮਨਚਾ ਹੈ ਕਿ ਪਿਆਜ਼ ਦੀ ਖੇਤੀ ਕੀ ਦਿੱਤੀ ਜਾ ਸਕਦੀ ਹੈ ਤਾਂ ਕਿੰਨਾ ਮੁਨਾਫਾ ਨੇ ਔਰ ਤੁਹਾਨੂੰ ਖੋਰ ਅਸੀਂ ਗੱਲ ਇੱਥੇ ਦੱਸਣਾ ਚਾਹਾਂਗੇ ਕਿ ਇਹਨਾਂ ਦਾ ਪਿਆਜ਼ ਬੁਕਿੰਗ ਤੇ ਵਿਕਦਾ ਹੈ ਤਾਂ ਮਾਰਕੀਟ ਇਹਨਾਂ ਦੀ ਜ਼ਿਆਦਾਤਰ ਜੰਮੂ ਕਸ਼ਮੀਰ ਅਤੇ ਹਿਮਾਚਲ ਚੰਨਾ ਦਾ ਪਿਆਜ਼ ਜਾਂਦਾ ਹੈ ਤਾਂ ਪਿਆਜ਼ ਕਿੰਗ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਸਰ ਪਹਿਲੀ ਗੱਲ ਤੇ ਵਿਦੇਸ਼ ਤੋਂ ਵਾਪਸ ਆਣਾ ਸਭ ਤੋਂ ਵੱਡੀ ਸਵਾਲ ਹੀ ਇਹ ਹੋਈ ਹੈ ਕਿ ਲੋਕ ਦੇ ਤਰਸਦੇ ਨੇ ਲੋਕੀ ਜੱਜਾ ਜਿ ਬਹਿ ਕੇ ਗੈਬ ਤੱਕ ਨੂੰ ਹੁੰਦੇ ਨੇ ਤੁਸੀਂ ਕਿਵੇਂ ਇੱਧਰ ਵਾਪਸ ਆ ਗਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਪਹਿਲਾਂ ਤਾਂ ਧੰਨਾਰ ਜੀ ਆਇਆਂ ਨੂੰ ਤੁਸੀਂ ਸਾਡੇ ਘਰ ਆਏ ਤੇ ਇੰਟਰਵਿਊ ਕਰ ਰਹੇ ਹੋ ਆਸਟ੍ਰੇਲੀਆ ਮੈਂ ਗਿਆ ਸੀ ਸੜੀ ਵੀਜ਼ੇ ਤੇ ਉੱਥੇ 8-10 ਸਾਲ ਲਗਾਏ ਮੈਂ ਚਲੋ ਕਿ ਕਿਸੇ ਕਾਰਨ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ ਫੈਮਿਲੀ ਬਿਜ਼ਨਸ ਸੀਗਾ ਮੇਰਾ ਪਹਿਲਾਂ ਹੀ ਇੱਥੇ ਫਾਦਰ ਸਾਹਿਬ ਉਹਨੇ ਫਾਰਮਿੰਗ ਕਰਦੇ ਸੀ ਤੇ ਆ ਕੇ ਫਿਰ ਮੇਰਾ ਇੰਟਰਸਟ ਪਹਿਲਾਂ ਤੋਂ ਹੀ ਫਾਰਮਿੰਗ ਦੇ ਵਿੱਚ ਹੈਗਾ ਸੀ ਫਿਰ ਮੈਂ ਆ ਕੇ ਇਹਨਾਂ ਨੂੰ ਜੁਆਇਨ ਕਰ ਲਿਆ ਤੇ ਕੁਛ ਨਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਛ ਨਾ ਕੁਛ ਅਲੱਗ ਕੀਤਾ ਜਾਵੇ ਕਿ ਤਾਂ ਜੀ ਤਾਂ ਕਿ ਆਪਾਂ ਮਤਲਬ ਘੱਟ ਖਰਚਾ ਕਰਕੇ ਤੇ ਵੱਧ ਮੁਨਾਫਾ ਕਮਾ ਸਕੀਏ ਤੇ ਮਾਰਕੀਟ ਵੀ ਆਪਾਂ ਨੂੰ ਜਿਹੜੀ ਆ ਵਧੀਆ ਮਿਲ ਸਕੇ ਫਿਰ ਕਿਵੇਂ ਪਿਆਜ਼ ਵੱਲ ਕਿਵੇਂ ਧਿਆਨ ਚਲਾ ਗਿਆ ਜੀ ਪਿਆਜ਼ ਇੱਥੇ ਕੋਸ਼ ਕਰ ਲਗਾਉਂਦੇ ਸੀ ਪਹਿਲਾਂ ਸਾਡੇ ਏਰੀਏ ਦੇ ਵਿੱਚ ਤੇ ਉਹਨਾਂ ਨੂੰ ਮੈਂ ਦੇਖ ਕੇ ਮਤਲਬ ਇਹ ਸ਼ੁਰੂ ਕੀਤਾ ਕੁਝ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਆਪਾਂ ਕਲੀਅਰ ਕੀਤਾ ਤੇ ਇਹਨੂੰ ਮਤਲਬ ਪਿਛਲੇ ਸਾਲ ਮੈਂ ਥੋੜੇ ਜਗ੍ਹਾ ਵਿੱਚ ਲਗਾਇਆ ਸੀ ਮੈਨੂੰ ਵਧੀਆ ਮੁਨਾਫਾ ਮਿਲਿਆ ਐਡ ਕੀ ਫਿਰ ਮੈਨੂੰ 7 7.5 ਏਕੜ ਦੇ ਵਿੱਚ ਇੱਥੇ ਆਪਣਾ ਲਗਾਇਆ ਸਰ ਅਕਸਰ ਕਿਹਾ ਜਾਂਦਾ ਕਿ ਪਿਆਜ਼ ਦਾ ਜਿਹੜਾ ਟੇਸਟ ਹੈ ਉਹ 나ਸਿਕ ਦਾ ਹੀ ਹੁੰਦਾ ਇੱਧਰ ਪਿਆਜ਼ ਦਾ ਇਦਾਂ ਵਧੀਆ ਨਹੀਂ ਹੁੰਦਾ ਇਹ ਗਲਤ ਉਦਾਹਰਨ ਬਣੀ ਹੋਈ ਸੀ ਕਿਸੇ ਟਾਈਮ ਤੱਕ ਮੇਰੇ ਹਿਸਾਬ ਨਾਲ ਜਿਹੜਾ ਪਿਆਜ਼ ਇਹ ਖਾ ਲੇਗਾ ਤੇ ਉਹ ਨਸ਼ਕ ਨੂੰ ਦੁਬਾਰਾ ਨਹੀਂ ਖਾਣਾ ਚਾਹੇਗਾ ਜੋ ਸਵਾਦ ਇਹਦਾ ਆ ਜੋ ਕੁਆਲਿਟੀ ਇਸ ਪਿਆਜ਼ ਦੀ ਬਣਦੀ ਏ ਇਹਦੀ ਤਾਕੀ ਦਾ ਬੀਜ ਹੈ ਜਪਾਨ ਤੋਂ ਅਸੀਂ ਮਤਲਬ ਇਹਨੂੰ ਮੰਗਵਾ ਕੇ ਤੇ ਇੱਥੇ ਮਤਲਬ ਇਹਦੀ ਆਪਾਂ ਕਾਸਟ ਕਰਦੇ ਆਗੇ ਸਰ ਇਹ ਅਕਨਖ ਝੋਨੇ ਨਾਲੋਂ ਕਿੰਨਾ ਲਾਇਵਨ ਸੌਦਾ ਹੈ ਤਾਂ ਕਿੰਨਾ ਕੁ ਚ ਮੁਨਾਫਾ ਜੀ ਇਹਚ ਮਿਹਨਤ ਬਹੁਤ ਜਿਆਦੀ ਏ ਪਰ ਜੇ ਤੁਸੀਂ ਮਤਲਬ ਮਿਹਨਤ ਕਰਦੇ ਤਾਂ ਆਪਣਾ ਇਹ ਤੁਸੀਂ 3 ਜਾਂ 4 ਗੁਣਾ ਵੱਧ ਤੁਸੀਂ ਕਣਕ ਤੋਂ ਮੁਨਾਫਾ ਕਮਾ ਸਕਦੇ ਜੇ ਹੂੰ ਇੱਕ ਇੱਕ ਏਕੜ ਦਾ ਇੱਕ ਏਕੜ ਹਾਂਜੀ ਤੇ ਤੁਸੀਂ 7 ਏਕੜ ਚ ਕਿੰਨੇ ਕ ਪੈਸੇ ਮਤਲਬ ਕਿੰਨੇ ਕ ਕਿੰਨੇ ਕ ਏਕੜ ਦਾ ਜਰਾ ਮੁਨਾਫਾ ਕੱਢ ਲੈਂਦੇ ਹੋ ਇਹ 30 ਤੋਂ 40 ਏਕੜ ਦਾ ਅਸੀਂ ਜੇ ਕੋਈ ਬੰਦੇ ਨੇ 30 ਤੋਂ 40 ਏਕੜ ਕਣਕ ਲਗਾਈ ਹੋਈ ਹੈ ਤੇ ਅਸੀਂ ਮਤਲਬ 7 ਏਕੜ ਚੋਂ 30 ਤੋਂ 40 ਏਕੜ ਦਾ ਜਿਹੜਾ ਆ ਉਹ ਮੁਨਾਫਾ ਕੱਢ ਸਕਦੇ ਹਾਂ ਸਰ ਅਸੀਂ ਦੇਖ ਰਹੇ ਹਾਂ ਇੱਕ ਇੱਕ ਕਟਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪਿਆਜ਼ ਉਕਤੇ ਤੋਂ ਕੱਢਦੇ ਤੇ ਇਹ ਕੀ ਹੈ ਹਾਂਜੀ ਇਹ ਨੂੰ ਮਤਲਬ ਆਪਾਂ ਜਦੋਂ ਕੱਢਦੇ ਆਂ ਜ਼ਮੀਨ ਤੋਂ ਉਹਦੀ ਜਿਹੜੀ ਉੱਪਰ ਵੇਸਟੇਜ ਹੁੰਦੀ ਹੈ ਜਿਹਨੂੰ ਭੂਕ ਕਹਿੰਦੇ ਆ ਉਹ ਆਪਾਂ ਨੂੰ ਕੱਟਣੀ ਪੈਂਦੀ ਆ ਬਾਅਦ ਵਿੱਚ ਇਹਦੀ ਫੇਰ ਛਾਂਟੀ ਹੁੰਦੀ ਆ ਇੱਕ ਵਾਰੀ ਇਹਦੀ ਗ੍ਰੇਡਿੰਗ ਕਰਨੀ ਪੈਂਦੀ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਪੈਕੇਜਿੰਗ ਕਰਕੇ ਤੇ ਫੇਰ ਮਾਰਕੀਟ ਦੇ ਵਿੱਚ ਜਾਂਦਾ ਹੈ ਤੇ ਇਹ ਪਿਆਜ਼ ਹੁਣ ਤੁਹਾਡਾ ਕਿੱਥੇ ਕਿੱਥੇ ਜਾ ਰਿਹਾ ਜੀ ਕਿਹੜੇ ਕਿਹੜੇ ਸੂਬਿਆਂ 'ਚ ਜਾ ਰਿਹਾ ਜੀ ਇਹ ਬੇਸਿਕਲੀ ਅਸੀਂ ਮਤਲਬ ਥਰੂ ਏਜੰਟ ਵਲਾ ਮੰਡੀ ਥਰੂ ਇਹ ਜੰਮੂ ਕਸ਼ਮੀਰ ਤੇ ਆਪਣਾ ਹਿਮਾਚਲ ਤੇ ਕੁਛ ਪਰਸੈਂਟ ਜਿਹੜਾ ਆ ਇਹ ਅਮਰਸਰ ਦੇ ਵਿੱਚ ਰਹਿੰਦਾ ਜੀ ਤੇ ਇਹ ਪਿਆਜ਼ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਨਾ ਕਿ ਪਿਆਜ਼ ਕਿੜਵਾਹਟ ਹੋਣੀ ਜ਼ਰੂਰੀ ਹੈ ਤਾਂ ਇਹ ਪਿਆਜ਼ ਦੇ ਵਿੱਚ ਉਹ ਚੀਜ਼ਾਂ ਨਹੀਂ ਇਹਦੇ ਵਿੱਚ ਸਾਰਾ ਕੁਝ ਹੀ ਆ ਇਹ ਮਤਲਬ ਖਾਨ ਜਿਹੜੇ ਜੋ ਪਿਆਜ਼ ਦੇ ਵਿੱਚ ਨਾਰਮਲ ਚੀਜ਼ਾਂ ਹੁੰਦੀਆਂ ਨੇ ਸਾਰਾ ਕੁਝ ਹੀ ਹੈਗਾ ਪਰ ਇਹ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਹੈਗਾ ਬਹੁਤ ਸਵਾਦ ਹੈ ਹਾਂਜੀ ਤੇ ਸਰ ਅਕਸਰ ਅਸੀਂ ਵੇਖਦੇ ਹਾਂ ਕਿ ਕਿਸੇ ਵੀ ਕੋਈ ਨਵਾਂ ਪ੍ਰੋਡਕਟ ਆਂਦਾ ਤੇ ਸਾਡੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਖੇਤੀਬਾੜੀ ਦੇ ਇੱਕ ਕਿਸਾਨ ਕਸ਼ਤਕਾਰ ਨੂੰ ਆਉਂਦੀ ਹੈ ਉਹਦੀ ਮਾਰਕੀਟਿੰਗ ਤੇ ਦੀ ਮਾਰਕੀਟਿੰਗ ਕਿਦਾਂ ਕਰਦੇ ਇਹਦੀ ਮਾਰਕੀਟਿੰਗ ਮਾਰਕੀਟਿੰਗ ਜਿਹੜੀ ਹੈ ਜੀ ਬਹੁਤ ਸੌਖੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਸਾਡਾ ਪਿਆਜ਼ ਜਾਣਾ ਸ਼ੁਰੂ ਹੋ ਜਾਂਦਾ ਆ ਹੋਰ ਜਿਦਾਂ ਨਾਸਿਕ ਦਾ ਵੀ ਤੁਸੀਂ ਕਹਿੰਦੇ ਜੇ ਕਿ ਬਹੁਤ ਮਸ਼ਹੂਰ ਕੇ ਆ ਤੁਸੀਂ ਤੇ ਦੇਖੋ ਅਸੀਂ ਇੱਕ ਬਤੌਰ ਪੱਤਰਕਾਰ ਜਿੰਨਾ ਕਿ ਸਾਨੂੰ ਕਿਸੇ ਨੇ ਦੱਸਿਆ ਹੁੰਦਾ ਸੀ ਵੀ ਤੁਹਾਡੇ ਕੋਲ ਦੇਖਿਆ ਕਿ ਤੁਸੀਂ ਇੱਕ ਚੰਗੇ ਕਾਰਸਤਕਾਰ ਹੋ ਤੇ ਅਸੀਂ ਤਦੇ ਤੁਹਾਡੇ ਕੋਲ ਆਏ ਆ ਅਸੀਂ ਚਾਹੁੰਦੇ ਆ ਕਿ ਲੋਕ ਸਮਝਣ ਕਿਉਂਕਿ ਪੰਜਾਬ ਦੀ ਧਰਤੀ ਕੋ ਉਜਾਊ ਧਰਤੀ ਮੰਨੀ ਜਾਂਦੀ ਸੀ ਤਾਂ ਠੀਕ ਹੈ ਕਿ ਕਣਕ ਛੋਣੇ ਕਰਕੇ ਅਸੀਂ ਇਹ ਨਾ ਫਸਲਾਂ ਤੋਂ ਦੂਰ ਹੋ ਗਏ ਪਰ ਆਖਰਕਾਰ ਤੁਹਾਡੇ ਇਹਦੇ ਚ ਤੇ ਉੱਚ ਫਰ ਇਹਦੀ ਕੁਆਲਿਟੀ ਆ ਜੀ ਉਹ ਮਤਲਬ ਵਧੀਆ ਕੁਆਲਿਟੀ ਚ ਮੰਨਿਆ ਜਾਂਦਾ ਪਰ ਇਹ ਵੀ ਇੱਕ ਮਤਲਬ ਇਹ ਹਾਈਬ੍ਰਿਡ ਦੇ ਵਿੱਚ ਆ ਜਾਂਦਾ ਹੈ ਉਹ ਦੇਸੀ ਪਿਆਜ਼ ਦੇ ਵਿੱਚ ਆਉਂਦਾ ਆ ਤੇ ਇਹਦੀ ਮਤਲਬ ਲੋਕੀ ਪਸੰਦ ਕਰਦੇ ਜਿਵੇਂ ਹਰ ਚੀਜ਼ ਦੀ ਡਿਮਾਂਡ ਹੁੰਦੀ ਹੈ ਕਿ ਲੋਕਾਂ ਨੂੰ ਕੀ ਪਸੰਦ ਹੈ ਜਿਵੇਂ ਮਾਰਕੀਟ ਚੋਂ ਜਾਂਦਾ ਆ ਲੋਕੀ ਦੂਜਾ ਗੰਡਾ ਜਿਹੜਾ ਖਾਣਾ ਛੱਡ ਦਿੰਦੇ ਆ ਤੇ ਇਹਦੀ ਡਿਮਾਂਡ ਜੀ ਜਿਹੜੀ ਆ ਉਹ ਵਧ ਜਾਂਦੀ ਮਾਰਕੀਟ ਦੇ ਵਿੱਚ ਤੇ ਇੱਕ ਸਾਲ ਚ ਕਿੰਨੀ ਕਵਾਰੀ ਫਿਰ ਤੁਸੀਂ ਲਗਾਉਂਦੇ ਹੋ ਜੀ ਇਹਦੀਆਂ ਫਸਲਾਂ ਕਿੰਨੀਆਂ ਕ ਲਗਾਉਂਦੇ ਹੋ ਕਿਉਂਕਿ ਅਕਸਰ ਅਸੀਂ ਕਹਿੰਨੇ ਆ ਕਿ ਇਸ ਤਰ੍ਹਾਂ ਪਹਿਲੇ ਕਿਸਾਨ ਕਣਕ ਲਾਂਦਾ ਫਿਰ ਝੋਨਾ ਲਾਂਦਾ ਇਹ ਦੀ ਕਣਕ ਦੇ ਟਾਈਮ ਹੀ ਅਸੀਂ ਇਹਦੀ ਬਜਾਈ ਕਰਦੇ ਆ ਤੇ ਕਣਕ ਜਿੰਨਾ ਹੀ ਇਹ ਟਾਈਮ ਲੈ ਜਾਂਦਾ ਹੂੰ ਉਸ ਤੋਂ ਬਾਅਦ ਝੋਨਾ ਵੀ ਤੁਸੀਂ ਲਗਾ ਸਕਦੇ ਜੇ ਤੇ ਨਹੀਂ ਤੇ ਹੁਣ ਇਸ ਸਾਲ ਅਸੀਂ ਥੋੜਾ ਜਿਹਾ ਐਕਸਪੈਰੀਮੈਂਟ ਦੇ ਹਿਸਾਬ ਨਾਲ ਅਸੀਂ ਮਤਲਬ ਇਹ ਦੋ ਕਿ ਲਿਆਂਦੇ ਵਿੱਚ ਗੋਭੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਮਤਲਬ ਗਰਮੀ ਦੇ ਵਿੱਚ ਨਿਕਲੇ ਤਾਂ ਜੋ ਝੋਨੇ ਤੋਂ ਵੀ ਅਸੀਂ ਥੋੜਾ ਜਿਹਾ ਬਦਲਾਅ ਕਰ ਸਕੀਏ ਗਰਮੀ ਦੇ ਵਿੱਚ ਜਿਹੜਾ ਹੈ ਅਕਸਰ ਅਸੀਂ ਸਰਦੀ ਸਰਦੀ ਦੇ ਵਿੱਚ ਗੋਭੀ ਖਾਂਦੇ ਹਾਂ ਤੇ ਉਹਦੇ ਵਿੱਚ ਉਹਦੇ ਉੱਤੇ ਕੋਈ ਵੱਖਰਾ ਕੀਤਾ ਨਹੀਂ ਜੀ ਇਹ ਸਾਰਾ ਸਾਲ ਗੋਭੀ ਜਿਹੜੀ ਆ ਇਹ ਲੋਕਾਂ ਦਾ ਹੀ ਹੈਗਾ ਬਣਿਆ ਥੋੜਾ ਸਰਦੀ ਦੇ ਵਿੱਚ ਪਾਲਣੀ ਸੌਖੀ ਹੈ ਗਰਮੀ ਜੋ ਥੋੜੀ ਮਿਹਨਤ ਜ਼ਿਆਦਾ ਮੰਗਦੀ ਹੈ ਤੇ ਥੋੜਾ ਲੋਕੀ ਆਪਣਾ ਕੰਫਰਟ ਨਹੀਂ ਛਡਣਾ ਚਾਹੁੰਦੇ ਕਿ ਝੋਨਾ ਲਗਾਇਆ ਚਲੋ ਮੋਟਰਾਂ ਛੱਡੀਆਂ ਦੇ ਪਾਣੀ ਪੈਂਦਾ ਰਿਹਾ ਤੇ ਵੱਢ ਕੇ ਬੰਨੇ ਗੋਭੀ 'ਚ ਥੋੜੀ ਮਿਹਨਤ ਕਰਨੀ ਪੈਂਦੀ ਏ ਤੇ ਪਰ ਇਹਦੇ 'ਚ ਤੁਸੀਂ 7 7 ਕਿੱਲਿਆਂ ਚ ਲਾਇਆ ਤਕੀ ਹਾਂਜੀ ਤੇ ਇਹ ਟੈਕਨੀਕ ਜਿਹੜੀ ਹੈ ਕਿ ਆ ਵਿਦੇਸ਼ ਤੋਂ ਟੈਕਨੀਕ ਬਣਾਈ ਗਈ ਹੈ ਕਿ ਤੁਹਾਡੀ ਆਪਣੀ ਸੈਲਫ ਮੇਡ ਟੈਕਨੀਕ ਹੈ ਜੀ ਇਹ ਜੀ ਵਿਦੇਸ਼ਾਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਨਹੀਂ ਵਰਤੀ ਜਾਂਦੀ ਕਿਉਂਕਿ ਅਸੀਂ ਇੱਥੇ ਨਰਸਰੀ ਨਹੀਂ ਲਗਾਉਂਦੇ ਅਸੀਂ ਸਿੱਧਾ ਮਸ਼ੀਨ ਦੇ ਥਰੂ ਜਿਹੜਾ ਇਹ ਬੀਜ ਲਗਾਇਆ ਜਾਂਦਾ ਤੇ ਜਿਹੜੀ ਇਹਦੀ ਮਤਲਬ ਪ੍ਰੋਡਕਸ਼ਨ ਦੀ ਜਿਹੜੀ ਹੈਗਾ ਨਿਕਲਣ ਦਾ ਕਾਰਨ ਉਹ ਮਸ਼ੀਨ ਦੇ ਥਰੂ ਜਿਹੜਾ ਬੀਜ ਲੱਗਦਾ ਜ਼ਮੀਨ ਦੇ ਵਿੱਚ ਕਾਰਨ ਉਹੀ ਹੈ ਕਿ ਤੁਸੀਂ ਮਸ਼ੀਨ ਦੇ ਨਾਲ ਇਹਨੂੰ ਲਗਾ ਰਹੇ ਜੇ ਡਾਇਰੈਕਟ ਸਵਿੰਗ ਕਰ ਰਹੇ ਜੇ ਤਾਂ ਆਪਣੀ ਟੈਕਨੀਕ ਡਿਵੈਲਪ ਕੀਤੀ ਸੀ ਸਰ ਨਹੀਂ ਇਹ ਇੱਥੇ ਆਪਣੇ ਹੈਗੇ ਨੇ ਜਿਹੜੇ ਮਤਲਬ ਜਿਨ੍ਹਾਂ ਕੋਲੋਂ ਅਸੀਂ ਸਾਰਾ ਮਤਲਬ ਇਨਸਟਰੂਮੈਂਟ ਲੈਂਦੇ ਆ ਉਹਨਾਂ ਨੇ ਸਾਨੂੰ ਮਸ਼ੀਨ ਇਹ ਤਿਆਰ ਕਰਕੇ ਦਿੱਤੀ ਸੀ ਤਾਂ ਆਊਟਪੁੱਟ ਤੇਰੀ ਹੈ ਇਹ ਆਰੀ ਆਊਟਪੁੱਟ ਹੈ ਇਸ ਵੇਲੇ ਇਹ ਆਊਟਪੁੱਟ ਜੀ ਘੱਟੋ ਘਾਟ ਵੀ 200 ਤੋਂ 250 ਕੁਇੰਟਲ ਦੇ ਕਰੀਬ ਇਹ ਪਿਆਜ਼ ਨਿਕਲਣਾ ਚਾਹੀਦਾ ਜੇ ਤੁਸੀਂ ਨਰਸਰੀ ਲਗਾਉਂਦੇ ਜੇ ਤੇ 60 ਤੋਂ 80 ਕੁਇੰਟਲ ਦੇ ਕਰੀਬ ਜਿਹੜਾ ਆ ਉਹ ਪਿਆਜ਼ ਨਿਕਲਦਾ ਹੈ ਸਰ ਇਹਦਾ ਇੱਕ ਹੋਰ ਵਾਇਬਿਲਿਟੀ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਹਿੰਦੇ ਮਾਰਕੀਟ ਕਾਫੀ ਈਜ਼ੀ ਹੈ ਜੀ ਬਹੁਤ ਹੀ ਜ਼ਿਆਦਾ ਈਜ਼ੀ ਹੈਗੀ ਆ ਤੁਹਾਨੂੰ ਘਰ ਬੈਠੇ ਫੋਨ ਆ ਜਾਂਦੇ ਆ ਜੀ ਐਨੇ ਟੋੜੇ ਲਾਜੋ ਮਤਲਬ ਬਹੁਤ ਈਜ਼ੀ ਹੈ ਤਾਂ ਕਰੇ ਮਤਲਬ ਬੈ ਕੇ ਤੁਸੀਂ ਵੇਚ ਦਿਓ ਤੇ ਗਾਹ ਕਿੱਥੇ ਆ ਜਾਂਦਾ ਗਾਹਕੇ ਇੱਥੇ ਸਹੀਂ ਬਸ ਮਤਲਬ ਜਿਵੇਂ ਮੰਡੀ ਇਹਨੂੰ ਜਿੰਨੇ ਤੋਂੜੇ ਦੀ ਡਿਮਾਂਡ ਹੁੰਦੀ ਆ 200 300 400 500 ਅਸੀਂ ਸਿਰਫ ਉਹ ਲੱਦ ਕੇ ਸਿਰਫ ਮੰਡੀ ਪਹੁੰਚਾਉਣਾ ਹੁੰਦਾ ਹੈ ਉੱਥੋਂ ਅੱਗੇ ਗੱਡੀਆਂ ਪਾ ਕੇ ਸਿੱਧਾ ਚਲੇ ਜਾਂਦਾ ਕੀ ਭਾਅ ਵੇਚਦੇ ਹੋ ਸਰਸ ਨੂੰ ਇਹ ਜਿਹੜਾ ਨਾਰਮਲ ਪਿਆਜ਼ ਇਸ ਟਾਈਮ 6-7 ਰੁਪਏ ਬਾਜ਼ਾਰ 'ਚ ਵਿਕ ਰਿਹਾ ਜਿਹੜਾ ਬਾਹਰੋਂ ਆ ਰਿਹਾ ਹੈ ਤੇ ਅੱਜ ਦੀ ਡੇਟ ਦੇ ਵਿੱਚ ਅਸੀਂ ਇਹਨੂੰ 13 ਰੁਪਏ 14 ਰੁਪਏ ਕਿਲੋ ਵੇਚ ਰਹੇ ਹਾਂ ਬਾਜ਼ਾਰ ਦੇ ਵਿੱਚ 13-14 ਰੁਪਏ ਹਾਂ ਡਬਲ ਰੇਟ ਤੇ ਵਿਕ ਰਿਹਾ ਹੈ ਮਾਰਕੀਟ ਦੇ ਵਿੱਚ ਡਬਲ ਰੇਟ ਤੇ ਆ ਤੇ ਉਹ ਵੀ ਡਿਮਾਂਡ ਪੂ ਮਾਲ ਬਿਲਕੁਲ ਵਿਕੇਗਾ ਜੀ ਉਨੀ ਮਾਰਕੀਟ ਬਣੇਗੀ ਉਹਨਾਂ ਸਗੋਂ ਪ੍ਰਾਈਸ ਵੀ ਮਤਲਬ ਤੁਹਾਨੂੰ ਵਧੀਆ ਮਿਲੇਗਾ ਜਿੰਨੀ ਤੁਹਾਡੇ ਕੋਲ ਪ੍ਰੋਡਕਸ਼ਨ ਜ਼ਿਆਦਾ ਹੈ ਮੈਨੂੰ ਕਿ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੀ ਚੀਜ਼ ਲਗਾਈ ਜਾਵੇ ਜਿਹੜਾ ਆਪਣਾ ਪਿਆਜ਼ ਨਾਸਕ ਤੋਂ ਜਾਂ ਰਾਜਸਥਾਨ ਤੋਂ ਆਉਂਦਾ ਹੈ ਕਿ ਆਪਾਂ ਇੱਥੇ ਹੀ ਪੰਜਾਬ ਨੂੰ ਮਤਲਬ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਕਰਕੇ ਤੇ ਇੱਕ ਮਾਰਕੀਟ ਬਣਾਈ ਜਾਵੇ ਤੇ ਪੰਜਾਬ ਨੂੰ ਹੋਰ ਅੱਗੇ ਕੀਤਾ ਜਾਵੇ ਸਰਦਾਰ ਸਾਹਿਬ ਕੀ ਆ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਆਪਾਂ ਇਹ ਚੀਜ਼ਾਂ ਤੇ ਕਾਸ਼ਟ ਕਰ ਸਕਦੇ ਹਾਂ ਪੰਜਾਬ ਦੀ ਧਰਤੀ ਜੀ ਸੋਨਾ ਹੈ ਇਹਦੇ ਵਿੱਚ ਕੁਝ ਵੀ ਕਿਸੇ ਵੀ ਟਾਈਮ ਤੇ ਹੋ ਸਕਦਾ ਹੈ ਤਾਨੂੰ ਕਿਸੇ ਵੀ ਚੀਜ਼ ਦਾ ਸੋਚਣ ਦੀ ਲੋੜ ਨਹੀਂ ਹੈਗੀ ਕਿ ਯਾਰ ਮੈਂ ਆਹ ਚੀਜ਼ ਲਗਾਵਾਗਾ ਤਾਂ ਹੋਏਗੀ ਕਿ ਨਹੀਂ ਹੋਏਗੀ ਇਹ ਸੋਨਾ ਹੈ ਜਮੀਨ ਹੈ ਜੀ ਇਹ ਚ ਸੋਨਾ ਹੀ ਉਗਦਾ ਹੈ ਸੋਨਾ ਉਗਦਾ ਹਾਂਜੀ ਤੇ ਇਹ ਹੁਣ ਤੁਸੀਂ ਜਿਹੜਾ ਹੈ ਕਿ ਇਹਦੀ ਕਾਸਟ ਕਰ ਰਹੇ ਹੋ ਤਾਂ ਇਸ ਨੂੰ ਜਿਹੜਾ ਹੈ ਹੋਰ ਵੱਡੇ ਪੱਧਰ ਤੇ ਕਿਵੇਂ ਲੈ ਕੇ ਜਾਓਗੇ ਇਹ ਜੀ ਇੱਕ ਦੋ ਸਾਲ ਅਸੀਂ ਐਕਸਪੀਰੀਅੰਸ ਕਰਾਂਗੇ ਤੇ ਹੋਰ ਜੋ ਕਮੀਆਂ ਪਈਆਂ ਸੀ ਸਾਨੂੰ ਹਰ ਸਾਲ ਆਉਂਦੀਆਂ ਆ ਜਿਵੇਂ ਪਟਾਈ ਵੇਲੇ ਕੀ ਕੀ ਧਿਆਨ ਰੱਖਣਾ ਹੈ ਕਿਸ ਤਰ੍ਹਾਂ ਇਹਨੂੰ ਜਲਦੀ ਤੋਂ ਜਲਦੀ ਮਤਲਬ ਆਪਾਂ ਸਾਮ ਸਕਦੇ ਹਾਂ ਕਿਉਂਕਿ ਤੁਹਾਨੂੰ ਜਗ੍ਹਾ ਦੀ ਵੀ ਜ਼ਰੂਰਤ ਹੈ ਫਿਰ ਇਹਨੂੰ ਸਟੋਰ ਕਰਨ ਦੀ ਵੀ ਥੋੜੀ ਬਹੁਤੀ ਦਿੱਕਤ ਆਉਂਦੀ ਹੈ ਉਹ ਚੀਜ਼ਾਂ ਅਸੀਂ ਮਤਲਬ ਜਦੋਂ ਸੌਟ ਆਊਟ ਕਰਤੀਆਂ ਤਾਂ ਫਿਰ ਅਸੀਂ ਇਹਨਾਂ ਨੂੰ ਵੱਡੇ ਪੱਧਰ ਤੇ ਕਰਾਂਗੇ ਆਖਰੀ ਸਵਾਲ ਪੰਜਾਬ ਚ ਪਾਣੀ ਦੀ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨਜ਼ਰ ਆ ਰਹੀ ਹੈ ਤੇ ਇਹਦੇ ਚ ਪਾਣੀ ਦੀ ਕਿੰਨੀ ਕੁ ਵਰਤੋਂ ਹੁੰਦੀ ਹੈ ਪਾਣੀ ਦੀ ਵਰਤੋਂ ਵਿੱਚ ਬਹੁਤ ਘੱਟ ਹੁੰਦੀ ਹੈ ਹੁੰਦੀ ਹੈ ਇਹ ਨਹੀਂ ਮੈਂ ਕਹਿੰਦਾ ਕਿ ਨਹੀਂ ਹੁੰਦੀ ਪਰ ਬਹੁਤ ਘੱਟ ਹੁੰਦੀ ਹੈ ਜੇ ਆਪਾਂ ਹੋਰ ਫਸਲਾਂ ਦੇ ਹਿਸਾਬ ਨਾਲ ਚੱਲੀਏ ਤਾਂ ਪਾਣੀ ਦੀ ਵਿੱਚ ਮਤਲਬ ਜਿਹੜੀ ਆ ਵਰਤੋਂ ਘੱਟ ਹੁੰਦੀ ਹੈ ਜ਼ਮੀਨ ਦੀ ਉਜਾਊ ਸ਼ਕਤੀ ਵੀ ਵੱਧਦੀ ਹੈ ਜ਼ਮੀਨ ਦੀ ਜ਼ਮੀਨ ਨੂੰ ਕੁਝ ਨਹੀਂ ਹੁੰਦਾ ਜੀ ਜ਼ਮੀਨ ਆਪਣਾ ਕੰਮ ਖੁਦ ਬਖੂਦ ਆਪਣੇ ਆਪ ਹੀ ਮਤਲਬ ਕਰਦੀ ਰਹਿੰਦੀ ਹੈ ਉਜਾਊ ਸ਼ਕਤੀ ਤਾਂ ਉਹ ਤੁਹਾਡੇ ਤੇ ਆ ਕਿ ਤੁਸੀਂ ਇਹ ਬੇਸਲ ਡੋਜਾ ਉਹ ਤੁਸੀਂ ਇਹਨੂੰ ਦੇਰੇ ਜੇ ਜ਼ਮੀਨ ਨੂੰ ਤਾਂ ਉਹ ਬਿਲਕੁਲ ਵਾਧੀ ਰਹਿੰਦੀ ਹੈ ਸਰ ਇਹਦੀ ਜਿਹੜੀ ਵੇਸਟ ਅਸੀਂ ਦੇਖ ਰਹੇ ਆ ਇਹ ਵੇਸਟ ਦੇ ਨਾਲ ਕੋਈ ਜ਼ਮੀਨ ਨੂੰ ਖਤਰਾ ਇਹਨੂੰ ਇਹਨੂੰ ਅੱਗ ਲਾਉਣ ਦੀ ਲੋੜ ਪੈਂਦੀ ਹੈ ਇਹਨੂੰ ਫਿਰ ਕਿਸ ਤਰ੍ਹਾਂ ਨੂੰ ਸਾਰਾ ਇਹਨੂੰ ਮੈਨੇਜ ਕਰਦੇ ਕੋਕਿ ਦੇਖ ਰਹੇ ਆ ਕਾਫੀ ਜ਼ਿਆਦਾ ਪਿਆਜ਼ ਦੇ ਉੱਤੇ ਜਿਹੜੀ ਵੇਸਟੇਜ ਵੀ ਨਜ਼ਰ ਆ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਆ ਇਹ ਕੁਛ ਨਹੀਂ ਹੈਗਾ ਜੀ ਇਹ ਸਿਰਫ ਮਤਲਬ ਜਿਹੜੀ ਤੁਹਾਡੀ ਪਿਆਜ਼ ਦੀ ਜਿਹੜੀ ਭੂਕੇ ਉਹ ਡੱਡ ਹੋ ਚੁੱਕੀ ਆ ਇਹਨੂੰ ਆਪਾਂ ਦੋ ਵਾਰੀ ਤਵਿਆਂ ਨਾਲ ਵਾਵਾਂਗੇ ਤਾਂ ਇਹ ਜ਼ਮੀਨ ਦੇ ਵਿੱਚ ਹੀ ਰਲ ਜਾਏਗੀ ਇਹਦਾ ਕੋਈ ਨੁਕਸਾਨ ਨਹੀਂ ਹੈ ਤੇ ਖਾਦ ਦਾ ਕੰਮ ਕਰੇਗੀ। ਇਹ ਖਾਦ ਦਾ ਕੰਮ ਹੀ ਕਰੇਗੀ। ਖਾਦ ਦਾ ਕੰਮ ਕਰੇਗੀ। ਮਤਲਬ ਇਹਦੀ ਜਿਹੜੀ ਪਿਆਜ਼ ਦੀ ਵੇਸਟੇਜ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਤਾਂ ਇਹ ਇੱਕ ਖਾਦ ਦਾ ਕੰਮ ਕਰੂਗੀ ਤੇ ਸਰ ਕੀ ਜ਼ਮੀਨ ਦੀ ਪਜਾਊ ਸ਼ਕਤੀ ਵਧਦੀ ਹੈ। ਇਹ ਇਹ ਇੰਨੀ ਜ਼ਮੀਨ ਦੀ ਪਜਾਊ ਸ਼ਕਤੀ ਵਧਾ ਦਿੰਦਾ ਜੀ ਤੁਹਾਨੂੰ ਝੋਨਾ ਹੋਣ ਇਹਦੇ ਵਿੱਚ ਝੋਨਾ ਲੱਗੇਗਾ। ਤੁਹਾਨੂੰ ਕੋਈ ਵੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਝੋਨੇ ਦੇ ਵੇਲੇ ਝੋਨਾ ਆਡਾ ਫ੍ਰੀ ਪਲ ਜਾਏਗਾ। ਫ੍ਰੀ ਪਲੂਗਾ। ਹਾਂਜੀ। ਤਾਂ ਹੋਰ ਕਿਸਾਨ ਵੀਰਾਂ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਤੁਹਾਡੇ ਨਾਲ ਜੁੜਨ ਤਾਂਕਿ ਇਸ ਖੇਤੀ ਨੂੰ ਅਪਣਾ ਸਕਣ ਬਿਲਕੁਲ ਜੀ ਬਿਲਕੁਲ ਮੈਂ ਤਾਂ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਜੇ ਮੈਂ ਆਪ ਕੋਈ ਕੰਮ ਕਰ ਰਿਹਾ ਜਿਸ ਵਿੱਚ ਮੈਨੂੰ ਮੁਨਾਫਾ ਹੋ ਰਿਹਾ ਆ ਤੇ ਮੈਂ ਆਪਣੇ ਆਂਡ ਗਵਾਂਡ ਜਾਂ ਹੋਰ ਭੈਣਾ ਭਰਾਵਾਂ ਨੂੰ ਮਤਲਬ ਹਮੇਸ਼ਾ ਗਾਈਡ ਕਰਦਾ ਆ ਕਿ ਤੁਸੀਂ ਆਓ ਆਪਾਂ ਇਦਾਂ ਚੱਲੀਏ ਜੋ ਕਿ ਆਪਾਂ ਆਪਾਂ ਨੂੰ ਜ਼ਿਆਦਾ ਮੁਨਾਫਾ ਹੋ ਸਕੇ ਤੇ ਜਿਸ ਵੀਰ ਭਰਾ ਨੂੰ ਵੀ ਕਿਸੇ ਚੀਜ਼ ਦੀ ਵੀ ਲੋੜ ਹੋਏਗੀ ਅਸੀਂ ਇੱਥੇ ਹਾਜ਼ਰ ਆ ਜੀ ਜਦੋਂ ਮਰਜ਼ੀ ਉਹ ਸਾਡੇ ਕੋਲ ਸਲਾਹ ਲੈ ਸਕਦੇ ਨੇ ਜੋ ਵੀ ਸਾਡੀ ਸਹਾਇਤਾ ਹੋਏਗੀ ਅਸੀਂ ਉਹਨਾਂ ਨੂੰ ਦਵਾਂਗੇ ਵੀ ਕੋਈ ਨਵੀਂ ਫਸਲ ਲਾਈ ਜਾਂਦੀ ਤੇ ਇੱਕ ਕਿਹਾ ਜਾਂਦਾ ਕਿ ਇਨਵੈਸਟਮੈਂਟ ਇੱਕ ਬੜੀ ਵੱਡੀ ਚੀਜ਼ ਹੁੰਦੀ ਕਿਉਂਕਿ ਛੋਟੇ ਪੱਧਰ ਦੇ ਕਿਸਾਨ ਨੂੰ ਨਹੀਂ ਕਰ ਪਾਉਂਦੇ ਤਾਂ ਇਸ ਦੇ ਵਿੱਚ ਕੋਈ ਏਦਾਂ ਦੀ ਹੈ ਕਿ ਜਿਹਦੇ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਆਉਂਦੀ ਹੋਵੇ ਇਨਵੈਸਟਮੈਂਟ ਅਜਰੀ ਡੇਟ ਦੇ ਵਿੱਚ ਜੇ ਤੁਸੀਂ ਕੋਈ ਵੀ ਨਵਾਂ ਜਾਂ ਹਟਕੇ ਕੰਮ ਕਰਨਾ ਹੈ ਜੀ ਇਨਵੈਸਟਮੈਂਟ ਤਾਂ ਤੁਹਾਨੂੰ ਕਰਨੀ ਪੈਂਦੀ ਹੈ ਜਿਹਦੇ ਵਿੱਚ ਸਰਕਾਰੀ ਤੁਹਾਨੂੰ ਕੋਈ ਵੀ ਆਪਣਾ ਸਹੂਲਤ ਫਿਲਹਾਲ ਦੀ ਘੜੀ ਨਹੀਂ ਹੈਗੀ ਪਰ ਇਹ ਆ ਕਿ ਜੇ ਤੁਹਾਨੂੰ ਮੁਨਾਫਾ ਚੰਗਾ ਹੋ ਰਿਹਾ ਹੈ ਤਾਂ ਫਿਰ ਇਨਵੈਸਟਮੈਂਟ ਕਰਨ ਜੇ ਗਰੰਟਡ ਤੁਹਾਨੂੰ ਕੋਈ ਮੁਨਾਫਾ ਹੋ ਰਿਹਾ ਤੇ ਫਿਰ ਇਨਵੈਸਟਮੈਂਟ ਕਰਨ ਛ ਕੋਈ ਦੂਰ ਆਏ ਵੀ ਨਹੀਂ ਹੈਗੀ ਸਰਕਾਰੀ ਮਹਿਕਮੇ ਲੈ ਆਏ ਕਦੀ ਤੁਹਾਨੂੰ ਕੁਝ ਪ੍ਰਸਾਦ ਆਉਂਦੇ ਨੇ ਪਰ ਕੋਈ ਏਡਾ ਚੰਗਾ ਰਿਸਪਾਂਸ ਨਹੀਂ ਹੈਗਾ ਅੱਜ ਤੱਕ ਦਾ ਜੋ ਸਾਡਾ ਐਕਸਪੀਰੀਅੰਸ ਹੈ ਮਨ ਆਪਣੇ ਸਿਰ ਤੇ ਹੀ ਆ ਸਰ ਆਪਣੇ ਸਿਰ ਤੇ ਹੀ ਆ ਸਰ ਸਾਰਾ ਕੁਝ ਹੈਗੀ ਮਤਲਬ ਤੁਹਾਨੂੰ ਕੋਈ ਏਡੀ ਸਰਕਾਰ ਵੱਲੋਂ ਕੋਈ ਜ਼ਿਆਦਾ ਸਹਾਇਤਾ ਮਿਲਦੀ ਨਹੀਂ ਤੇ ਨਾ ਹੀ ਤੁਹਾਨੂੰ ਕੋਈ ਉਮੀਦ ਰੱਖਣ ਦੀ ਲੋੜ ਵੀ ਹੈਗੀ ਇੱਕ ਇੱਕ ਹੋਰ ਸਵਾਲ ਲੈਣਾ ਚਾਹਾਂਗਾ ਕਿ ਸਰਕਾਰ ਤੇ ਸਾਨੂੰ ਮਤਲਬ ਕਨਕ ਝੋਨੇ ਤੱਕ ਸਰਕਾਰ ਨੇ ਰੱਖਿਆ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਅਧਿਕਾਰੀ ਸੀ ਮਨ ਲੱਗਦਾ ਉਹਨਾਂ ਨੇ ਵੀ ਸਾਨੂੰ ਕਨਕ ਝੋਨੇ ਤੱਕ ਨਹੀਂ ਰੱਖਿਆ ਬਿਲਕੁਲ ਬਿਲਕੁਲ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਸਰਕਾਰ ਨੂੰ ਜ਼ਰੂਰਤਾ ਕਿ ਆਪਣੇ ਜਿਹੜੇ ਅਫੀਸਰ ਨੇ ਉਹਨਾਂ ਨੂੰ ਪੁਸ਼ ਕਰਨ ਦੀ ਕਿ ਉਹ ਨਵੀਂ ਮਤਲਬ ਕੋਈ ਚੀਜ਼ ਮਾਰਕੀਟ 'ਚ ਆਉਂਦੀ ਆ ਕਿਸਾਨਾਂ ਤੱਕ ਪਹੁੰਚਾਈ ਜਾਵੇ ਪਰ ਸਾਡੇ ਤੱਕ ਕੋਈ ਅਪਰੋਚ ਨਹੀਂ ਕਰਦਾ ਹੈਗਾ ਸ਼ੁਕਰੀਆ ਤਾਂ ਇਹ ਇੱਕ ਤੁਹਾਨੂੰ ਅਸੀਂ ਦੱਸਿਆ ਹੈ ਕਿ ਇੱਕ ਜੱਟ ਜਿਸ ਦੇ ਕਿ ਜਿਸਨੇ ਕਿ ਆਪਣੇ ਫਸਲ ਦੇ ਨਾਲ ਬੱਲੇ ਬੱਲੇ ਆਪਣੀ ਕਰਾਈ ਹੈ ਤਾਂ ਉਹਨਾਂ ਦੀ ਫਸਲ ਜਿਹੜੀ ਹੈ ਐਡਵਾਂਸ ਬੁਕਿੰਗ ਤੇ ਵਿਕਦੀ ਹੈ ਤਾਂ ਅਕਸਰ ਪੰਜਾਬ ਚ ਖਨਕਾ ਤੇ ਝੋਨਾ ਤੁਸੀਂ ਵੇਖਿਆ ਸੀ ਲੇਕਿਨ ਪੰਜਾਬ ਦੀ ਧਰਤੀ ਤੇ ਸੀ ਤੁਹਾਨੂੰ ਅੰਮ੍ਰਿਤਸਰ ਦੀ ਮਾਜੇ ਦੀ ਧਰਤੀ ਤੇ ਪਹਿਲੀ ਵਾਰ ਦਿਖਾ ਰਹੇ ਆ ਕਿਸ ਤਰੀਕੇ ਦੇ ਨਾਲ ਪਿਆਜ਼ ਦੀ ਖੇਤੀ ਕੀਤੀ ਜਾਂਦੀ ਔਰ ਪਿਆਜ਼ ਦੀ ਖੇਤੀ ਕੋਈ ਇੱਕ ਅੱਧੇ ਏਕੜ ਚ ਨਹੀਂ ਬਲਕਿ 7 ਏਕੜ ਚ ਕੀਤੀ ਗਈ ਹੈ ਤੇ ਬੜੇ ਵੱਡੇ ਪੱਦਰ ਦੇ ਉੱਤੇ ਇਸ ਦੀ ਮਾਰਕੀਟਿੰਗ ਕਰਦੇ ਉਹਨਾਂ ਕਹਿੰਣਾ ਕਿ ਲੋਕ ਉਹਨਾਂ ਕੋਲ ਆਂਦੇ ਨੇ ਉਹਨਾਂ ਕੋਲੋਂ ਪਿਆਜ਼ ਖਰੀਦੇ ਨੇ ਤੇ ਉਹਨਾਂ ਦਾ ਪਿਆਜ਼ ਅੱਜ ਦੇਸ਼ ਭਰ ਦੇ ਵਿੱਚ ਜਾ ਰਿਹਾ ਹੈ ਕਿਤੇ ਕੀ ਪੰਜਾਬ ਉਹ ਸੂਬਾ ਸੀ ਜਿੱਦੇ ਕਿ ਬਾਹਰੋਂ ਪਿਆਜ ਆ ਜਾਂਦਾ ਸੀ ਪਿਆਜ ਦੀ ਕਿਲਤ ਹੁੰਦੀ ਸੀ ਲੇਕਿਨ ਹੁਣ ਆਸਟ੍ਰੇਲੀਆ ਤੋਂ ਇਸ ਕਿਸਾਨ ਨੇ ਖੁਦ ਪਿਆਜ ਬੀਜ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਉਮੀਦ ਕਰਦੇ ਹਾਂ ਹੋਰ ਵੀ ਕਿਸਾਨ ਵੀ ਅੱਗੇ ਆਣਗੇ ਤਾਂ ਇਸ ਤਰ੍ਹਾਂ ਦੀ ਫਸਲਾਂ ਬੀਜੀਆਂ ਜਾਂ ਜਿਹਦੇ ਨਾਲ ਕਿ ਪਾਣੀ ਦਾ ਲੈਵਲ ਵੀ ਬਚਾਇਆ ਜਾ ਸਕੇ ਤੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਸੁਮਿਤ ਖਾਨਾਗ੍ਰੇਡ ਪੰਜਾਬ ਟੀਵੀ ਅਮਰਤਸਰ